अ साउथ एशियन कैनेडियन चैनल। लुधियाना इंप्रूवमेंट ट्रस्ट वालों ई टेंडरिंग के जरिए वेची गई जमीन नू लैके लगातार मामला भगता जा रहा है, जिस नू लैके बीजेपी ने डुगरी रोड स्थित इंप्रूवमेंट ट्रस्ट चेयरमैन अते मंत्री खिलाफ प्रदर्शन करते हुए पुतला फूकया। इस दौरान जिथे उन्हां कई तरह के सवाल चुके ने, उथे ही उन्हां गड़बड़ी की भी आशंका जाहिर करती है। शहर विच कई प्रॉपर्टियां दे वेचे जाने की भी गल कही है। इस दौरान मीडिया नाल गलबात करते हुए बीजेपी नेता विक्रम सिंह सिद्धू ने कहा है कि स्मार्ट सिटी प्रोजेक्ट के अधीन जो भी काम ने उन्हां विच भी गड़बड़ी की आशंका है, लेकिन शहर दियां नामी प्रॉपर्टियां भी वेचियां जा रही ने, जिस नूं लै के सीधे तौर ते मंत्री भारत भूषण आशू जिम्मेदार ने। उन्हां कहा कि नगर निगम तो इलावा इंप्रूवमेंट ट्रस्ट दियां प्रॉपर्टियां सस्ते रेटां विच अपने चाहतियां दे जरिए वेचियां जा रही ने। नाल ही इस मौके जिथे उन्हां जांच की मांग की है, उत्थे इंप्रूवमेंट ट्रस्ट चेयरमैन अते मंत्री भारत भूषण आशू ते वरते हुए भी नजर आए ने। लुधियाना शहर दे विच सिटी सेंटर स्कैम नंबर 2 टीम आशू, जिन्हों का सरगना भारत भूषण आशू आ, इन्होंने करोड़ों अरबों रुपए का स्कैम करके लुधियाना की जनता का पैसा लुट लिया है। जदों भारत भूषण आशू जी MLA बने तो कई व्यक्ति ने कहा बड़ा शरीफ व्यक्ति आ। मैं क्या कोई गल नहीं, इहनू किते ना किते मंत्री पद मिलन दिओ, इहदे अंदरला भूत आपे बाहर आ जाणा आ। जदों इह मंत्री बणिया तो इहदा भूत जिहड़ा आ शरेआम बाहर आ गया। कदे DSP नू गाला, कदे DO नू गाला। लुधियाने दे सीनियर सिटीजन जदों किते कम लै के भारत भूषण आशू जी दे घर जांदे ने तो उहनां नू अगों दबके मार मार के पैंदा वी तुसीं मेरे घर की करन आए हो। जे उह कहिंदे तुहानूं वोटां पाईआं सी, कहिंदा अगे तों ना पायो। ਇਹੋ ਜੀ ਜਿਹੜੀ ਬਦਤਮੀਜ਼ੀ ਆ ਲੁਧਿਆਣਾ ਪਿਛਲੇ ਕਾਫੀ ਅਰਸੇ ਤੋਂ ਸਹਿੰਦਾ ਆ ਰਿਹਾ। ਬਦਤਮੀਜ਼ੀ ਦੇ ਨਾਲ ਨਾਲ ਆਸ਼ੂ ਨੇ ਇੱਕ ਆਪਣੀ ਟੀਮ ਬਣਾਈ, ਜਿਸ ਟੀਮ ਦੇ ਵਿੱਚ ਜਿਹੜੇ ਦੂਸਰੇ ਵਿਅਕਤੀ ਨੇ ਜਿਵੇਂ ਹਮੰਤ ਸੂਦ, ਸਨੀ ਭੱਲਾ, ਇਹ ਸਾਰੇ ਆਪਣੇ ਪਾਲਾ ਸੁਬਰਾਮਨੀਅਮ ਇਸ ਟੀਮ ਦਾ ਹਿੱਸੇਦਾਰ ਨੇ। ਆਪੇ ਹੀ ਟਾਈਲਾਂ ਦੇ ਪ੍ਰੋਜੈਕਟ, ਆਪੇ ਹੀ ਟਾਈਲਾਂ ਦਾ ਆਪਣੇ ਇਹਨਾਂ ਨੂੰ ਠੇਕੇ, ਆਪੇ ਹੀ ਟਰੱਸਟ ਦੀਆਂ ਪ੍ਰਾਪਰਟੀਆਂ ਖਰੀਦਣੀਆਂ, ਆਪਣਾ ਬਲੈਕ ਮਨੀ ਚਿੱਟਾ ਮਨੀ ਕਰਨਾ। ਇਹਨਾਂ ਨੇ ਧਾਂਦਲੀਆਂ ਕਰ ਕਰਕੇ ਇਹਨਾਂ ਨੇ ਸਾਰਾ ਲੁਧਿਆਣਾ ਸ਼ਹਿਰ ਲੁੱਟ ਲਿਆ। ਸਿੱਧੂ ਸਾਹਿਬ ਜਿਹੜੀ ਅੱਜ ਦੀ ਜਗ੍ਹਾ ਦਾ ਜਿਹੜਾ ਮੁੱਦਾ, ਅੱਜ ਦੀ ਜਗ੍ਹਾ ਜਿਹੜੀ ਹੈ 4 ਏਕੜ ਜਗ੍ਹਾ ਜਿਹੜੀ ਹੈ, ਜਿਹਦਾ ਕਰੀਬ ਕਰੀਬ ਮੁੱਲ ਜਿਹੜਾ ਆ ਮਾਰਕੀਟ ਦੇ ਵਿੱਚ ਵੀ, ਅਤੇ ਔਰ ਪਰਮਿੰਦਰ ਸਿੰਘ ਗਿੱਲ ਜਿਹੜੇ ਚੇਅਰਮੈਨ ਸੀ ਉਹਨਾਂ ਦੇ ਮੁਤਾਬਕ ਵੀ ਕਰੀਬ ਕਰੀਬ 400 ਕਰੋੜ ਰੁਪਈਆ, ਜਿਹੜਾ ਕਿ ਅਸੀਂ ਇਸੇ ਜਗ੍ਹਾ ਦੇ ਉੱਪਰ ਖੜ੍ਹੇ ਹਾਂ ਅੱਜ। ਔਰ ਇਹ ਜਗ੍ਹਾ ਜਿਹੜੀ ਆ ਹਮੰਤ ਸੂਦ ਜਾਂ ਉਸਦੀ ਕੰਪਨੀ ਨੂੰ ਵਿੰਗੇ ਟੇਢੇ ਢੰਗ ਦੇ ਨਾਲ ਚੇਅਰਮੈਨ ਬਾਲਾ ਸੁਬਰਾਮਨੀਅਮ ਜੀ ਨੇ ਆਸ਼ੂ ਦੇ ਕਹਿਣ 'ਤੇ ਉਹਨੂੰ ਅਲੋਟ ਕਰ ਦਿੱਤੀ, ਕਿਉਂਕਿ ਜਿਸ ਦੇ ਨਾਲ ਕਮ ਸੇ ਕਮ ਆਸ਼ੂ ਟੀਮ ਨੂੰ 300 ਕਰੋੜ ਰੁਪਏ ਦਾ ਸਕੈਮ ਕਰਨ ਦੇ ਵਿੱਚ ਕਾਮਯਾਬੀ ਮਿਲੀ। ਜਦੋਂ ਅਸੀਂ ਇਹ ਸਕੈਮ ਬਾਹਰ ਲੈ ਕੇ ਆਉਂਦਾ ਤਾਂ ਬਾਲਾ ਸੁਬਰਾਮਨੀਅਮ ਜੀ ਕਹਿਣ ਲੱਗੇ ਕਿ ਸਾਨੂੰ ਡਿਪਟੀ ਕਮਿਸ਼ਨਰ ਸਾਹਿਬ ਨੇ ਰੇਟ ਫਿਕਸ ਕਰਕੇ ਅਪਰੂਵਲ ਦਿੱਤੀ ਆ। ਡਿਪਟੀ ਕਮਿਸ਼ਨਰ ਸਾਹਿਬ ਨੇ ਦੂਸਰੇ ਦਿਨ ਆਪਣਾ ਨਿਊਜ਼ਪੇਪਰ ਦੇ ਵਿੱਚ ਕਲੀਅਰ ਕੀਤਾ ਕਿ ਮੈਂ ਕੋਈ ਅਪਰੂਵਲ ਨਹੀਂ ਦਿੱਤੀ। ਇਹ ਐਡਾ ਵੱਡਾ ਸਕੈਮ ਵਾਪਰ ਗਿਆ। ਅਸੀਂ ਡਿਪਟੀ ਕਮਿਸ਼ਨਰ ਨੂੰ ਐਪਲੀਕੇਸ਼ਨ ਦਿੱਤੀ ਕਿ ਆਸ਼ੂ ਦੇ ਖਿਲਾਫ਼, ਚੇਅਰਮੈਨ ਦੇ ਖਿਲਾਫ਼, ਜਿੰਨੇ ਪ੍ਰੋਪਰਟੀ ਲਈ ਆ ਉਹਦੇ ਖਿਲਾਫ਼ ਪਰਚਾ ਰਜਿਸਟਰ ਕੀਤਾ ਜਾਵੇ। ਕਿੰਨੇ ਦੇ ਵਿੱਚ ਇਹ ਜ਼ਮੀਨ? ਇਹ ਜ਼ਮੀਨ ਸਾਰੀ ਜਿਹੜੀ ਇਹਨਾਂ ਨੇ 92-93 ਕਰੋੜ ਦੇ ਵਿੱਚ ਇਹਨਾਂ ਨੇ ਅਲੋਟ ਕੀਤਾ ਔਰ ਸੈੱਸ ਪਾ ਕੇ ਇਹਨਾਂ 98 ਕਰੋੜ ਦੇ ਵਿੱਚ ਦਿੱਤੀ ਹੈ, ਜਿਹੜੀ ਕਿ ਕਰੀਬ ਕਰੀਬ 400 ਕਰੋੜ ਰੁਪਏ ਦੀ ਪ੍ਰੋਪਰਟੀ ਆ। ਔਰ ਇਹ ਚੀਜ਼ ਅਸੀਂ ਮੰਗ ਕਰਦੇ ਹਾਂ ਕਿ ਇਹਦੀ ਅਲੋਟਮੈਂਟ ਜਿਹੜੀ ਆ ਉਹ ਕੈਂਸਲ ਹੋਵੇ ਔਰ ਜਿਨ੍ਹਾਂ ਨੇ ਇਹ ਸਕੈਮ ਕੀਤਾ ਉਹਨਾਂ ਦੇ ਖਿਲਾਫ਼ ਪਰਚਾ ਰਜਿਸਟਰ ਹੋ ਕੇ ਲੁਧਿਆਣੇ ਦੀ ਪਬਲਿਕ ਦੇ ਨਾਲ ਇਨਸਾਫ਼ ਹੋਵੇ। ਪਰ ਉਹ ਇੱਕ ਤੁਹਾਡੇ ਤੇ ਸਵਾਲ ਚੱਕਦੇ ਨੇ, ਕਹਿੰਦੇ ਕਿ ਉਹਨਾਂ ਨੂੰ ਕਿਸਾਨਾਂ ਦਾ ਮੁੱਦਾ ਪਹਿਲਾਂ ਹੱਲ ਕਰਨਾ ਚਾਹੀਦਾ ਤੇ ਜਿਹੜੇ ਕਿਸਾਨ ਲਗਾਤਾਰ। ਆਪ ਜੀ ਨੂੰ ਬੇਨਤੀ ਕਰਾਂਗੇ ਕਿ ਅੱਜ ਦਾ ਮੁੱਦਾ ਜਿਹੜਾ ਹੈ ਕਿਸਾਨਾਂ ਦਾ ਮੁੱਦਾ ਨਹੀਂਗਾ, ਅੱਜ ਦਾ ਮੁੱਦਾ ਜਿਹੜਾ ਲੁਧਿਆਣੇ ਸ਼ਹਿਰ ਦੀ ਪਬਲਿਕ ਦੀ ਪ੍ਰੋਪਰਟੀ ਦਾ ਲੁੱਟਣ ਦੇ ਸੰਬੰਧ ਵਿੱਚ ਆ। ਜਿਹੜਾ ਕਿਸਾਨ ਦਾ ਮੁੱਦਾ ਆ ਉਹਦੇ ਵਿੱਚ ਬਹੁਤ ਵਧੀਆ ਹੱਲ ਨਿਕਲਣਗੇ, ਪ੍ਰਮਾਤਮਾ ਕਰੇ। ਵਾਹਿਗੁਰੂ ਅੱਗੇ ਅਰਦਾਸ ਆ, ਉਹ ਵੀ ਸਾਡੇ ਭਰਾ ਨੇ, ਮੈਂ ਵੀ ਉਹਨਾਂ 'ਚੋਂ ਹਾਂ, ਔਰ ਨਿਬੜ ਜਾਏਗਾ ਸਾਰਾ ਕੁਝ। A South Asian Canadian channel.